ਪਰ ਜਿਹੜੇ ਨਾਲ ਰਲੇ ਆਇਆ ਇਹਨਾਂ ਨੂੰ ਅਸੀਂ ਵਾਰ ਵਾਰ ਚੇਤਾਵਨੀ ਦਿੰਦੇ ਹਾਂ ਕਿ ਤੁਹਾਡੇ ਸਮਾਜ ਦੀ ਧੀ ਦੇ ਨਾਲ ਅੱਜ ਗਲਤ ਹੋਣ ਡਿਆ। ਲੱਖ ਲਾਂਤਾ ਇਹੋ ਜਿਹੀ ਸਰਕਾਰ ਦੇ ਉੱਤੇ ਤੇ ਇਹੋ ਜਿਹੇ ਇਨਸਾਨਾਂ ਦੇ ਉੱਤੇ ਜਿਹੜਾ ਗਲਤ ਦਾ ਸਾਥ ਦਿੰਦੇ ਪਏ ਹੋ। ਇੱਥੇ ਬੈਠੋ ਨਾ ਕੋਈ ਅੰਦਰ ਆਵੇ। ਸਾਰਿਆਂ ਨੂੰ ਜੈ ਭੀਮ, ਜੈ ਸੰਵਿਧਾਨ। ਮੇਰਾ ਨਾਮ ਸਿਮਰਨਜੀਤ ਕੌਰ ਹੈ। ਮੈਂ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚੇ ਦੀ ਮਹਿਲਾ ਵਿੰਗ ਪੰਜਾਬ ਪ੍ਰਧਾਨ। ਜਿੱਦਾਂ ਕਿ ਸਾਡੀ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਕੌਰ ਜੀ ਨੇ ਦੱਸ ਹੀ ਦਿੱਤਾ ਹੈ ਕਿ ਮੇਰੀਆਂ ਬੱਚੀਆਂ ਸਮੇਤ ਆਣ ਕੇ ਘਰ, ਜੋ ਕਿ ਮੇਰੇ ਜੇਠ ਦਾ ਮੁੰਡਾ ਮੇਰੇ ਘਰ ਆਣ ਕੇ ਕੱਪੜੇ ਔਰ ਗੁਪਤ ਅੰਗਾਂ ਨੂੰ ਛੇੜਛਾੜ ਕੀਤੀ ਆ। ਅਤੇ ਅਸੀਂ ਪ੍ਰਸ਼ਾਸਨ ਕੋਲ ਉਸ ਦਿਨ ਵੀਰਵਾਰ 7 ਵਜੇ 7:30 ਵਜੇ ਦੀ ਇਹ ਲੜਾਈ ਹੋਈ ਆ ਅਤੇ ਪ੍ਰਸ਼ਾਸਨ ਵਾਲੇ ਮੌਣ ਵਰਤ 'ਚ ਬੈਠੀ ਹੋਈ ਆ। ਮੈਨੂੰ ਲੱਗਦਾ ਹੈ ਕਿ ਮੌਣ ਵਰਤ ਉੱਨੀ ਦੇਰ ਨਹੀਂ ਟੁੱਟਣਾ ਜਿੰਨੀ ਦੇਰ ਤੱਕ ਆਪਾਂ ਸੜਕਾਂ ਦੇ ਉੱਤੇ ਪ੍ਰਦਰਸ਼ਨ ਨਹੀਂ ਕਰਦੇ। ਅਤੇ ਮੈਨੂੰ ਇਹ ਵੀ ਆ ਕਿ ਕਹਿੰਦੇ ਆ ਕਿ ਮੋਦੀ ਵੀ ਕਹਿੰਦਾ ਬੇਟੀ ਬਚਾਓ ਬੇਟੀ ਪੜ੍ਹਾਓ, ਅਤੇ ਇੱਕ ਮਾਨ ਸਾਹਿਬ ਸਰਕਾਰ ਜਿਹੜੀ ਆ ਕਹਿੰਦੀ ਬੇਟੀ ਬਚਾਉਣੀ ਬੇਟੀ ਪੜ੍ਹਾਉਣੀ ਆ। ਪਰ ਮੈਨੂੰ ਤਾਂ ਲੱਗਦਾ ਹੈ ਕਿ ਸਾਨੂੰ ਆਪਾਂ ਆਪ ਨਹੀਂ, ਅਸੀਂ ਸੇਵ ਹੈਗੇ ਅਤੇ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਰੱਖਿਆ ਨਹੀਂ ਕਰ ਸਕਦੇ। ਅਤੇ ਮੈਂ ਮਾਨ ਸਰਕਾਰ ਨੂੰ ਚੇਤਾਵਨੀ ਦਿੰਦੀ ਹਾਂ ਅਤੇ ਮੋਦੀ ਦੀ ਸਰਕਾਰ ਨੂੰ ਵੀ ਚੇਤਾਵਨੀ ਦਿੰਦੀ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਧੀਆਂ ਭੈਣਾਂ ਦੇ ਸ਼ੋਸ਼ਣ ਆਏ ਦਿਨ ਹੁੰਦੇ ਆ ਅਤੇ ਅੱਜ ਸਾਡੀ ਜ਼ਿਲ੍ਹਾ ਪ੍ਰਧਾਨ ਦੇ ਉੱਤੇ ਅਟੈਕ ਹੋਇਆ। ਅਗਰ ਜ਼ਿਲ੍ਹਾ ਜੇ ਚੌਂਕੀ ਇੰਚਾਰਜ ਅੱਜ ਸਾਨੂੰ ਇਹ ਨੰਬਰ ਨਹੀਂ ਦਿੰਦਾ ਇਹਦਾ ਐਫ ਆਰ ਦਾ, ਅਤੇ ਅਸੀਂ ਜਿਹੜਾ ਇੱਕ ਰੋਡ ਤੋਂ ਉਸ ਪਾਰ ਵੀ ਜਾਣਾ ਬਿਹਤਰ ਸਮਝਾਂਗੇ, ਕਿਉਂਕਿ ਪ੍ਰਸ਼ਾਸਨ ਨੂੰ ਉੱਨੀ ਦੇਰ ਤੱਕ ਕੁੰਭਕਰਨ ਦੀ ਨੀਂਦ 'ਚੋਂ ਉੱਠਦੇ ਨਹੀਂ ਹੈਗੇ ਜਿੰਨੀ ਦੇਰ ਤੱਕ ਅੱਜ ਤਾਂ ਸਾਡੀ ਜ਼ਿਲ੍ਹਾ ਪ੍ਰਧਾਨ 'ਤੇ ਹੋਈ ਹੈ ਅਤੇ ਕੱਲ੍ਹ ਨੂੰ ਕਿਸੇ 'ਤੇ ਵੀ ਵਾਰ ਹੋ ਸਕਦਾ ਵਾ। ਪਰ ਪ੍ਰਸ਼ਾਸਨ ਨੂੰ ਅਸੀਂ ਕੁੰਭਕਰਨ ਦੀ ਨੀਂਦ 'ਚੋਂ ਉਠਾਵਾਂਗੇ, ਇਸ ਬੱਚੀਆਂ ਨੂੰ ਜਿਹੜਾ ਇਨਸਾਫ ਦਵਾ ਕੇ ਹੀ ਹਟਾਂਗੇ, ਉੱਨੀ ਦੇਰ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ। ਕਿਉਂਕਿ ਸਰ ਦੇਖੋ ਇਹ ਸਰਕਾਰਾਂ ਦੀਆਂ ਬੱਝੀਆਂ ਹੋਈਆਂ ਵਾ, ਪਰ ਇਹਨਾਂ ਨੂੰ ਪਤਾ ਹੈ ਕਿ ਚੋਣ ਜਾਬਤਾ 'ਚ ਕੋਈ ਸਰਕਾਰ ਨਹੀਂ ਆ, ਸਾਰੇ ਇੱਕ ਨੋਰਮਲ ਇਨਸਾਨ ਹੋ ਜਾਂਦੇ ਆ। ਅਤੇ ਫਿਰ ਵੀ ਜੇ ਅਗਰ ਇਹ ਆਮ ਆਦਮੀ ਦੀ ਸਰਕਾਰ ਤੋਂ ਡਰਦੇ ਆ ਤਾਂ ਅਸੀਂ ਡਰਨਾ ਇਹਨਾਂ ਨੂੰ ਡਰ ਜਿਹੜਾ ਇਹਨਾਂ ਦਾ ਹੋਰ ਵੀ ਖਤਮ ਕਰ ਦੇਵਾਂਗੇ, ਕਿਉਂਕਿ ਉੱਨੀ ਦੇਰ ਤੱਕ ਅਧੂਰਾ ਅਸੀਂ ਕਦੀ ਕੰਮ ਛੱਡ ਕੇ ਨਹੀਂ ਜਾਈਦਾ। ਅਸੀਂ ਬਾਬਾ ਸਾਹਿਬ ਦੇ ਸੰਵਿਧਾਨ ਦੇ ਨਾਲ ਚੱਲਦੇ ਹਾਂ, ਕਿਉਂਕਿ ਧੀਆਂ ਭੈਣਾਂ ਨੂੰ ਅਗਰ ਹੱਕ ਮਿਲਿਆ ਨਾ ਤਾਂ ਕੋਈ ਵੀ ਆਣ ਕੇ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਲੁੱਟ ਸਕਦਾ। ਅਤੇ ਬਾਬਾ ਸਾਹਿਬ ਦੇ ਹੱਕ ਦੇ ਵਿੱਚ ਇਹ ਵੀ ਲਿਖਿਆ ਸੀ ਕਿ ਸੰਵਿਧਾਨ ਦੇ ਵਿੱਚ ਕਿ ਅਗਰ ਧੀਆਂ ਦਾ ਸ਼ੋਸ਼ਣ ਹੁੰਦਾ ਤਾਂ ਕਿ ਪ੍ਰਸ਼ਾਸਨ ਕੋਲ ਆਉਣਾ, ਅਤੇ ਜੇ ਪ੍ਰਸ਼ਾਸਨ ਸਾਡੀ ਬੱਚੀਆਂ ਦੀ ਰੱਖਿਆ ਨਹੀਂ ਕਰ ਸਕਦੀ ਤਾਂ ਫਿਰ ਇਹੋ ਜਿਹੀ ਪ੍ਰਸ਼ਾਸਨ ਇੰਡੀਆ ਦੇ ਵਿੱਚ ਵੀ ਨਹੀਂ ਰਹਿਣੀ ਚਾਹੀਦੀ, ਇਹੋ ਜਿਹੀ ਪ੍ਰਸ਼ਾਸਨ ਨੂੰ ਵੀ ਬਾਹਰ ਕੱਢਣਾ ਚਾਹੀਦਾ ਵਾ। ਸਰ ਕਹਿੰਦੇ ਆ ਕਿ ਮੈਡੀਕਲ ਲਿਆ ਕੇ ਆਓ, ਐਮ ਐਲ ਆਰ ਦੀ ਕਾਪੀ ਲੈ ਕੇ ਆਓ, ਅਤੇ ਜਿਹੜੀ ਘਰ ਜਾ ਕੇ ਉਹਦੀ
ਕੱਪੜੇ ਪਾਟੇ ਆ ਅਤੇ ਜਿਹੜੀ ਸਰੀਰਕ ਸ਼ੋਸ਼ਣ ਹੋਣ ਤੋਂ ਬਚੀ ਆ ਉਹ ਮੇਰੀ ਭੈਣ ਆਪਣੀਆਂ ਬੱਚੀਆਂ ਦੇ ਸਮੇਤ ਬਚੀ ਆ ਇਸ ਦਰਿੰਦੇ ਤੋਂ, ਅਤੇ ਉਸ 'ਤੇ ਬਣਦੀ ਕਾਰਵਾਈ ਤਾਂ ਪ੍ਰਸ਼ਾਸਨ ਕਰ ਸਕਦੀ ਹੈ ਨਾ, ਜਿਹੜਾ ਘਰ ਜਾ ਕੇ ਪਿਆ ਆ ਉਹਦੀ ਆਣ ਕੇ ਛੇੜਛਾੜ ਕਰਨ ਡਿਆ ਉਹ 'ਤੇ ਧਾਰਾ 'ਤੇ ਲਾਵੇ, ਬਾਕੀ ਜਿਹੜਾ ਵਾਧਾ ਜੁਰਮ ਅਸੀਂ ਬਾਅਦ 'ਚੋਂ ਉਹਦੀ ਬਾਅਦ ਵਿੱਚ ਆਖਿਆ ਕਿ ਵਾਧਾ ਜੁਰਮ ਕਰਿਓ, ਪਰ ਜੇ ਪ੍ਰਸ਼ਾਸਨ ਸਾਨੂੰ ਮਿੱਠੀਆਂ ਗੋਲੀਆਂ ਦਿੰਦੀ ਆ ਅਤੇ ਸਾਡੇ ਭਰਾ ਜਿਹੜੇ ਹਰ ਇੱਕ ਸਮਾਜ ਦੇ ਸਰ ਵੱਖ ਵੱਖ ਸੰਸਥਾ ਵਾਲਿਆਂ ਨੇ ਸਾਨੂੰ ਸਮਰਥਨ ਦਿੱਤਾ ਹੈ ਅਤੇ ਸਾਨੂੰ 5 ਮਿੰਟ ਵੇਟ ਕਰਨੀ ਹੈ, ਨਹੀਂ ਤਾਂ ਫਿਰ ਅਸੀਂ ਰੋਡ ਦੇ ਉੱਤੇ ਬੈਠਾਂਗੇ, ਹਰਜ ਮਰਜ ਹੁੰਦੀ ਆ, ਪੁਲਿਸ ਪ੍ਰਸ਼ਾਸਨ ਅਤੇ ਆਮ ਆਦਮੀ ਸਰਕਾਰ ਹੋਏਗੀ। ਗੱਲ ਇਹ ਹੋਈ ਵੀ ਸਾਡਾ ਕਿੰਨੇ ਦਿਨਾਂ ਤੋਂ ਝਗੜਾ ਚੱਲਦਾ ਪਿਆ ਸੀ ਪੈਲੀ ਦਾ,
ਅਤੇ ਉਹ ਮੇਰੇ ਜੇਠ ਦੇ ਮੁੰਡੇ ਆਏ ਆ ਅਤੇ ਮੈਨੂੰ ਘਰ ਆਣ ਕੇ ਮੇਰੇ ਨਾਲ ਜ਼ਬਰਦਸਤੀ ਉਹਨਾਂ ਨੇ ਕੀਤੀ, ਮੇਰੇ ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਗੁਪਤ ਅੰਗਾਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਅੱਜ ਦੀ ਥਾਣੇ ਦੇ ਬਾਹਰ ਬੈਠੇ ਤੁਹਾਡੀ ਸੁਣਵਾਈ ਨਹੀਂ ਹੁੰਦੀ? ਨਹੀਂ, ਅਜੇ ਤੱਕ ਕੋਈ ਸੁਣਾਈ ਨਹੀਂ ਸਾਡੀ ਹੋਣ ਦੀ। ਕੀ ਮੰਗ ਕੀ ਕਰਦੇ ਥਾਣੇ ਦੇ ਬਾਹਰ? ਮੰਗ ਮੈਂ ਇਹ ਕਰਦੀ ਹਾਂ ਕਿ ਇਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ, ਮੈਨੂੰ ਇਨਸਾਫ਼ ਮਿਲੇ। ਥਾਣੇ ਦੇ ਬਾਹਰ ਬੈਠ ਕੇ ਤੁਸੀਂ ਪ੍ਰੋਟੈਸਟ ਕੀਤਾ, ਨਾਅਰੇਬਾਜ਼ੀ ਕੀਤੀ ਆ, ਪੁਲਿਸ ਵੱਲੋਂ ਕੀ ਕਿਹਾ ਗਿਆ ਤੁਹਾਨੂੰ? ਅਜੇ ਕੁਛ ਨਹੀਂ ਆ, ਅਜੇ ਕੁਛ ਨਹੀਂ ਦੱਸਦੇ ਪਏ। ਕੋਈ ਜਵਾਬ ਨਹੀਂ ਦਿੱਤਾ? ਨਹੀਂ, ਕੋਈ ਜਵਾਬ ਨਹੀਂ ਦਿੱਤਾ। ਮੰਗ ਕਰਦੇ ਹੋ? ਅਸੀਂ ਇਹ ਕਹਿੰਦੇ ਆ ਕਿ ਉਹਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ। ਕਿੰਨੇ ਬੰਦੇ ਆਏ ਜੀ ਇਹਨਾਂ ਨੇ? ਦੋ ਜਾਣੇ। ਕਦੋਂ ਦੀ, ਕਿੰਨੇ ਤਰੀਕ ਦੀ ਵਾਕਿਆ ਹੈ ਜੀ? ਇਹ 2 ਤਰੀਕ ਵੀਰਵਾਰ 7:30 ਦਾ ਟਾਈਮ ਸੀ। ਪੁਲਿਸ ਨੇ ਤੁਹਾਨੂੰ ਆਸ਼ਵਾਸਨ ਕੀ ਦਿੱਤਾ? ਕੁਛ ਨਹੀਂ, ਇਹੋ ਕਹੀ ਜਾਂਦੇ ਆ ਕੋਈ ਨਹੀਂ ਪਰਚਾ ਕੱਟ ਦਾਂਗੇ, ਤੁਹਾਨੂੰ ਇਨਸਾਫ਼ ਮਿਲੂਗਾ, ਪਰ ਕੋਈ ਨਹੀਂ ਸਾਡੀ ਸੁਣਾਈ ਹੋਣ ਡਈ। ਤੁਹਾਨੂੰ ਲੱਗਦਾ ਕਿ ਪੁਲਿਸ ਜਿਸ ਤਰ੍ਹਾਂ ਤੁਹਾਡੇ ਨਾਲ ਗੱਲ ਕਰ ਰਹੀ ਹੈ ਤੁਹਾਨੂੰ ਇਨਸਾਫ਼ ਮਿਲ ਜਾਏਗਾ? ਪਤਾ ਨਹੀਂ, ਲੱਗਦਾ ਨਹੀਂ, ਨਹੀਂ ਮਿਲੂਗਾ। ਅਤੇ ਅਗਰ ਇਨਸਾਫ਼ ਨਾ ਮਿਲਿਆ ਫਿਰ ਕੀ ਕਰੋਗੇ? ਫਿਰ ਅਸੀਂ ਰੋਡ ਜਾਮ ਕਰਾਂਗੇ, ਨਹੀਂ ਤਾਂ ਮੈਂ ਆਪਣੇ ਉੱਪਰ ਤੇਲ ਪਾ ਲੂੰਗੀ, ਆਪਣੇ ਬੱਚਿਆਂ 'ਤੇ ਪਾ ਲੂੰਗੀ, ਅਤੇ ਇਹਦੀ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋ ਗਿਆ, ਅਤੇ ਇਹ ਪਰਿਵਾਰ ਹੋਣਗੇ ਦੋਨੋਂ। ਕਹਿਣਾ ਚਾਹੁੰਦੀ ਹਾਂ ਕਿ ਮੈਂ 4-5 ਵਜੇ ਦੀ ਆਣ ਕੇ ਇੱਥੇ ਬੈਠੀ ਹਾਂ ਚੌਂਕੀ, ਮੈਨੂੰ ਕੋਈ ਨਹੀਂ ਕਿਸੇ ਨੇ ਕਿਸੇ ਤਰ੍ਹਾਂ ਦਾ ਨਹੀਂ ਮੇਰੀ ਸਪੋਰਟ ਕਰ ਰਹੇ ਆ। ਇੱਕ ਜੋ ਸਾਡੀ ਪਿੰਡ ਦੀ ਪੰਚਾਇਤ ਆ, ਮਤਲਬ ਕਿ ਸਰਪੰਚ ਆ ਅਮਰੀਕ ਸਿੰਘ, ਉਹ ਨਹੀਂ ਕਿਸੇ ਬੰਨੇ ਲੱਗ ਰਿਹਾ, ਉਸ ਕੋਈ ਵੀ ਸਾਡੀ ਸੁਣਾਈ ਨਹੀਂ ਕਰਨ ਦੇ ਰਿਹਾ। ਮੈਂ ਕਹਿਣਾ ਚਾਹੁੰਦੀ ਹਾਂ ਕਿ ਸਾਡੀ ਸੁਣਾਈ ਹੋਵੇ ਜਲਦ ਤੋਂ ਜਲਦ।